ਜ਼ੋਨ ਦੇਖ ਰਹੇ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਹਾਂ ਸੰਗੀਤ ਦਾ ਪਾਰਖੂ ਕਲਾਕਾਰ ਰੂ ਰਾਜ਼ੀ ਕਰਨ ਵਾਲਾ ਗਾਇਕ ਗੁਰਪ੍ਰੀਤ ਝੱਠਾ ਦੇ ਨਾਲ। ਖੋਰੇ ਕਿਉਂ ਜ਼ਿੰਦਾ ਮੈਨੂੰ ਸਮਝ ਨਹੀਂ ਪੈਂਦੀ, ਇਹ ਮੌਤ ਵੀ ਤੇਰੇ ਜੀ ਜਿਹੜੀ ਸਾਹ ਨਹੀਂ ਲੈਂਦੀ। ਅਸੀਂ ਬੰਦੇ ਪੂਜੇ ਨੇ ਤਾਂ ਵੀ ਖਾਲੀ ਬੈਠੇ ਆ, ਲੋਕੀ ਰੱਬ ਨੂੰ ਪਾ ਗਏ ਨੇ ਪੂਜਾ ਕਰਕੇ ਪੱਥਰਾਂ ਦੀ। ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ, ਕਿ ਜੂਨ ਹੈ ਫਕਰਾਂ ਦੀ। ਅਸੀਂ ਨੀਵੇਂ ਹੋ ਕੇ ਜੀ ਲਾਂਗੇ ਜਦ ਉੱਚਿਆਂ ਦੇ ਸੰਗ ਲਾਈਆਂ ਨੇ। ਅਸੀਂ ਤੇਰੇ ਆ ਬਸ ਤੇਰੇ ਆ, ਤੇਰੇ ਨਾਲ ਪਰਿਤਾਂ ਪਾਈਆਂ ਨੇ। ਤੋੜੀ ਨਾ ਤੋੜੀ ਨਾ ਦਿਲ, ਤੋੜੀ ਨਾ ਤੋੜੀ ਨਾ ਦਿਲ, ਤੋੜੀ ਨਾ ਤੋੜੀ ਨਾ ਤੋੜੀ ਨਾ ਸਜਣਾ, ਨਾ ਕੋਈ ਹੋਰ ਸਹਾਰਾ। ਅਸੀਂ ਜੀਂਦੇ ਆਸਰੇ ਤੇਰੇ ਆ, ਉਹ ਮੈਨੂੰ ਸਾਹ ਨਹੀਂ ਆਉਣ ਦਿੰਦੀਆਂ, ਯਾਦਾਂ ਨਹੀਂ ਜਾਣ ਦਿੰਦੀਆਂ। ਉਹ ਮੈਨੂੰ ਸਾਹ ਨਹੀਂ ਆਉਣ ਦਿੰਦੀਆਂ, ਯਾਦਾਂ ਨਹੀਂ ਜਾਣ ਦਿੰਦੀਆਂ। ਦਿਨ ਰਾਤ ਰਹਿਣ ਗਿਲੀਆਂ ਕਜਲਾਂ ਨਹੀਂ ਮਾਰਦੀਆਂ। ਜਿਹੜੇ ਸਮੇਂ 'ਚ ਉਜੜਤਾ ਪ੍ਰਧਾਨ ਗਾਇਕੀ ਸਿਖਰਾਂ 'ਤੇ ਹੋਵੇ, ਜਦੋਂ ਗਾਇਕੀ ਦੇ ਨਾਂ 'ਤੇ ਮੂਰਖ ਮਤੀਆਂ ਕਰਨ ਦਾ ਲਾਇਸੈਂਸ ਲੈਣ ਵਾਲਿਆਂ ਦੀ ਘਾਟ ਨਾ ਹੋਵੇ, ਉਸ ਦੌਰ 'ਚ ਚੰਗਾ ਗਾਉਣਾ ਵਿਰਲਿਆਂ ਹਿੱਸੇ ਹੀ ਆਇਆ ਹੈ। ਵੈਸੇ ਵੀ ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀ ਇਬਾਦਤ ਮੰਨਦੇ ਹਨ, ਉਹੀ ਸਫਲਤਾ ਦੀ ਪੌੜੀ ਚੜ੍ਹਦੇ ਹਨ। ਜ਼ਿੰਦਗੀ ਕੁਛ ਵੱਖਰਾ ਕਰਨ ਦਾ ਨਾਂ ਹੈ, ਕਿਸੇ ਵਿਦਵਾਨ ਨੇ ਲਿਖਿਆ ਹੈ। ਬੇਸ਼ੱਕ ਪਾਣੀ ਦੇ ਬੁਲਬੁਲੇ ਵਰਗਾ ਹਾਂ ਮੈਂ, ਪਰ ਜਦੋਂ ਤੱਕ ਜ਼ਿੰਦਾ ਹਾਂ ਸਾਗਰ ਦੀ ਹਿੱਕ 'ਤੇ ਨੱਚਣੋਂ ਨਹੀਂ ਹਟਾਂਗਾ। ਕੁਛ ਅਜਿਹੇ ਹੀ ਖਿਆਲਾਂ ਵਾਲਾ ਸਾਬਿਤ ਹੋਇਆ ਹੈ ਗੁਰਪ੍ਰੀਤ ਝੱਠਾ। ਖੋਰੇ ਕਿਉਂ ਜ਼ਿੰਦਾ ਹਾਂ ਮੈਨੂੰ ਸਮਝ ਨਹੀਂ ਪੈਂਦੀ, ਇਹ ਮੌਤ ਵੀ ਤੇਰੇ ਜੀ ਜਿਹੜੀ ਸਾਰ ਨਹੀਂ ਲੈਂਦੀ। ਅਸੀਂ ਬੰਦੇ ਪੂਜੇ ਨੇ ਤਾਂ ਵੀ ਖਾਲੀ ਬੈਠੇ ਆ, ਲੋਕੀ ਰੱਬ ਨੂੰ ਪਾ ਗਏ ਨੇ ਪੂਜਾ ਕਰਕੇ ਪੱਥਰਾਂ ਦੀ। ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ, ਕਿ ਜੂਨ ਹੈ ਫਕਰਾਂ ਦੀ। ਕਦੇ ਮਿਲ ਕੇ ਬੈਠਾਂਗੇ ਜਿਹੜੇ ਜੜ੍ਹਾਂ ਤੋਂ ਸੁੱਕ ਜਾਂਦੇ, ਕੀ ਹਰਾ ਤੁਰੂ ਦੱਸ ਪਾਣੀ ਕਿੰਜ ਬੋਲ ਕੇ ਦੱਸ ਦੇ ਮਾਂ ਤੈਨੂੰ ਲਫ਼ਜ਼ਾਂ ਵਿੱਚ ਕਹਾਣੀ ਬਣ ਅੰਬਰਾਂ ਦੇ। ਸੰਗਰੂਰ ਜ਼ਿਲ੍ਹੇ ਦੇ ਪਿੰਡ ਧਰਮਗੜ੍ਹ 'ਚ ਪਿਤਾ ਥੰਮਣ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ ਜੰਮਿਆ ਗੁਰਪ੍ਰੀਤ ਅੱਜ ਕੱਲ੍ਹ ਚੰਡੀਗੜ੍ਹ 'ਚ ਰਹਿ ਰਿਹਾ ਹੈ। ਗਾਉਣ ਦੇ ਸ਼ੌਕ ਸੰਬੰਧੀ ਉਸਨੇ ਦੱਸਿਆ ਕਿ ਮਾਪਿਆਂ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤ ਵਧੀਆ ਕ੍ਰਿਕਟਰ ਬਣੇ, ਪਰ ਗਾਇਕੀ ਦਾ ਸ਼ੌਕ ਉਸਨੂੰ ਸੰਗੀਤਕ ਖੇਤਰ 'ਚ ਲੈ ਆਇਆ। ਇੱਕ ਵਾਰ ਉਸਨੇ ਟੀਵੀ 'ਤੇ ਦੂਲੇ ਕਾ ਸਹਿਰਾ ਕਵਾਲੀ ਸੁਣੀ ਅਤੇ ਸੁਣਦਿਆਂ ਉਸਨੇ ਮਨ ਬਣਾ ਲਿਆ ਕਿ ਗਾਇਕ ਹੀ ਬਣੂਗਾ। ਸਕੂਲ 'ਚ ਵੀ ਜੇ ਕਿਤੇ ਨਾ ਪੜ੍ਹਨਾ ਤਾਂ ਅਧਿਆਪਕ ਵੀ ਉਸਨੂੰ ਸਜ਼ਾ ਗੀਤ ਸੁਣਾਉਣ ਦੀ ਹੀ ਦਿੰਦੇ ਸਨ। ਉਹਨਾਂ ਵੱਲੋਂ ਮਿਲੀ ਹੱਲਾ ਸ਼ੇਰੀ ਸਦਕਾ ਹੀ ਅੱਜ ਉਹ ਇਸ ਮੁਕਾਮ ਤੱਕ ਪਹੁੰਚਿਆ ਹੈ। ਮੇਰਾ ਸਭ ਕੁਝ ਬਦਲ ਗਿਆ, ਮੇਰੇ ਜਾਣ ਤੋਂ ਪਿੱਛੋਂ ਨੀ ਮੇਰਾ ਮਾਨ ਜਾ ਟੁੱਟ ਗਿਆ, ਭੁੱਖਾ ਖਾਣ ਤੋਂ ਪਿੱਛੋਂ ਐਤਵਾਰ ਦੀਆਂ ਗੱਲਾਂ ਤੋਂ ਡਰ ਜਿਹਾ ਲੱਗਦਾ ਹੈ, ਹੁਣ ਗੱਲ ਨਹੀਂ ਕਰਦੇ ਝੱਠਾ। ਬਹੁਤ ਵਧੀਆ ਭਰਾ।
कलाकार हुंदे हन जिहड़े अपने पहले गीत नाल नामवर कलाकारां दीआं मुहरलियां सफां च आ खड़दे हन। छड्डी ना सजना सानू तेरा सहारा है गीत तो शुरू होया उसकी गायकी का सफर निरंतर जारी है। उसने गाए इस पहले गीत ने गुरप्रीत नू संगीत के खेतर च अमरी चाड़ दिता है। ये गीत अज भी स्रोतियां दी जुबान ते है। छड़ी ना छड़ी ना सजना सानू तेरा सहारा है असी जी दे आसरे तेरे आ ना तेरे बिना गुजारा छड़ी ना सजना सानू तेरा सहारा ओ मैनू सहानी आउन दिंदिया यादां नी जाउन दिंदिया दिन रात रहण गिलिया। इस तों अलावा मिट्टी पिंड दी कजला साईयां छल्ला जून फकरां दी गीता ने सफलता पक्खों नवे आयाम तय किते हन। उसकी गायकी के सफर वल झात मारिया पता लगता है कि बहुत थोड़े गाने नाल वड्डी प्रसिद्धि हासिल कर चुके गुरप्रीत चड्ढा ने पंजाबी संगीत सनत च आउण लई खूब मेहनत की है तद जाके उस स्रोतियां का चहेता बनिया है। पहली ही मिलनी च दिल विच वस जान वाला वो गबरू साउ जिहे सुभा दा है ते संगीत दा पारखू कलाकार है और रोला पाउण वाली गायकी तो कोहा दूर है। पंजाबी गायकी च अश्लीलता नू मनो विसारण वाले गायक गुरप्रीत दा नां उन्हां चंद को कलाकारां च आउंदा है जो समें दे व्याह नाल वहण दी बजाए अपने लई अजिहा पेंडा चुणदे हन जिन्हां ते तुरना औखा ही नहीं सगों जोखम भरिया हुंदा है। हाल ही च गुरप्रीत चड्ढा दे बैनर हिट रिलीज होए नवे गीत अल्लाह राजी नाल स्रोतियां दे रूबरू होया है। इस गीत नू उसने खुद ही कल मद कीते ते संगीतक धुनां भी आप ही तैयार कीतियां हन। रब दी उस्तत च गाए इस गीत बारे उसका कहना है कि ओ जिस रजा च भी रखे असा उसे च खुश हां। सो गीत दा घट वध चलना तां आम गल है पर इंसान दा किरदार वध अहमियत रखता है। उस वल्लों गाया हर गीत उसका किरदार है। इस खेतर च स्थापित होने लई व्यापारक होना जरूरी है पर कदरां कीमतां नूं हेठां सुटना मैनूं चंगा नहीं लगता। ये भी नहीं कि व्यापारक होने लई रौले वाले गीत गाए जाण, सिर्फ तुहाडे अल्फाज़ां च जोर होना चाहीदा है। जल्दी ही उसका लेंदे पंजाब दे गायक इमरान खान नाल इकट्ठा गीत आ रहा है। पंजाबी गायकी च गुरप्रीत वर्गे सुर दे तनी होना कलाकारां लई शुभ शगन है। असीं उसदे भविख लई हर पल दुआ करते हां। सो एंटरटेनमेंट जगत तो जुड़ी दिलचस्प जानकारी लई अपडेट्स लई तुसी जुड़े रहना है साढ़े चैनल दे नाल, देखते रहना है एंटरटेनमेंट जोन। सत श्री अकाल।